ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਿਸਾਨ ਵੀਰੋ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਕਿ ਜਿਹੜੀ ਹੈਗੀ ਹੁਣ ਫਸਲ ਦੇ ਵਿੱਚ ਜਿਹੜਾ ਜਿਹੜੀ ਫਸਲ ਗੋਭ ਚ ਆ ਗਈ ਹੈ 70-75 ਦਿਨ ਦੀ ਫਸਲ ਹੋ ਗਈ ਹੈ ਝੋਨੇ ਦੀ ਫਸਲ ਜਾਂਤਰ ਕਿਸਮਾਂ ਜਿਹੜੀਆਂ 70-75 ਦਿਨ ਤੇ 78 ਦਿਨ ਤੇ ਜਿਹੜੀਆਂ ਹੈਗੀਆਂ ਉਹ ਗੋਭ ਦੇ ਵਿੱਚ ਆ ਜਾਂਦੀਆਂ ਨੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਹੈਡਿੰਗ ਸਟੇਜ ਆਉਣੀ ਮਤਲਬ ਕਿ ਜਿਹੜੀਆਂ ਮੁੰਜਰਾਂ ਬਾਹਰ ਆਉਣੀਆਂ ਫਿਰ ਫਲਾਵਰਿੰਗ ਸ਼ੁਰੂ ਹੋਣੀ ਹੈ ਤੇ ਜਿਹੜਾ ਹੁਣ ਸਹੀ ਟਾਈਮ ਆ ਜਿਹੜਾ ਉਹਦੇ ਜਿਹਦੇ ਵਿੱਚ ਆਪਾਂ ਉੱਲੀਨਾਸ਼ਕ ਜਿਹੜੇ ਸਪਰੇਅ ਕਰਨੇ ਨੇ ਕਿਸੇ ਵੀ ਕਿਸਮ ਦੀ ਬਿਮਾਰੀ ਨੂੰ ਰੋਕਣ ਵਾਸਤੇ ਉੱਲੀ ਰੋਗ ਜਿਹੜਾ ਖੇਤ ਦੇ ਵਿੱਚ ਨਾ ਆਵੇ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਕੁਆਲਿਟੀ ਤੇ ਵਧੀਆ ਆਪਾਂ ਝਾੜ ਲੈ ਸਕਦੇ ਆ ਪਲੱਸ ਜਿਹੜਾ ਹੈਗਾ ਐਨਪੀਕੇ ਦੀ ਸਪਰੇਅ ਤੇ ਬੋਰਨ ਦੀ ਸਪਰੇਅ ਤੇ ਇਸ ਵੀਡੀਓ 'ਚ ਆਪਾਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਹੁਣ ਜਿਹੜਾ ਹੈਗਾ ਆਪਾਂ ਸਪਰੇਅ ਕਰਤੀ ਇਸ ਤੋਂ ਬਾਅਦ ਜਦੋਂ ਮੁੰਜਰਾ ਬਾਹਰ ਆ ਗਈਆਂ ਫਲਾਵਰਿੰਗ ਸ਼ੁਰੂ ਹੋਊਗੀ ਉਦੋਂ ਆਪਾਂ ਜਿਹੜੀ 12 ਤੋਂ 15 ਦਿਨ ਦਾ ਵੱਧ ਵੱਤ ਸਮਾਂ ਹੁੰਦਾ ਹੈ ਉਦੋਂ ਆਪਾਂ ਖੇਤ ਦੇ ਵਿੱਚ ਜਿਹੜਾ ਹੈਗਾ ਐਂਟਰੀ ਨਹੀਂ ਕਰਨੀ ਸਪਰੇ ਨਹੀਂ ਕਰਨੀ ਤਾਂ ਕਿ ਆਪਾਂ ਜਿਹੜਾ ਹੈਗਾ ਉਲਟਾ ਆਪਣਾ ਨੁਕਸਾਨ ਨਾ ਕਰਾਈਏ ਉਹਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲੋ ਨਾਲ ਹੀ ਬੈਲ ਆਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜੀਆਂ ਮੈਂ ਤੁਹਾਡੇ ਨਾਲ ਪਹਿਲਾਂ ਜਿਹੜੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਇਹ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਫਲਾਵਰਿੰਗ ਸ਼ੁਰੂ ਹੋਈ ਹੋਈ ਆ ਜਿਹੜਾ ਝੋਨਾ ਕੀਤਾ ਜਿਹੜਾ ਨਿਸਰਿਆ ਆ ਪਹਿਲਾਂ ਦਾ ਲੱਗਿਆ ਹੋਇਆ ਜਾਂ ਜਿਹੜੀਆਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੇ ਉਹਦੇ ਵਿੱਚ ਜਿਹੜਾ ਹੈਗਾ ਨਸਾਰਾ ਦੇ ਬਾਅਦ ਜਿਹੜੀ ਫਲਾਵਰਿੰਗ ਸ਼ੁਰੂ ਹੋ ਗਈ ਆ ਐਸ ਸਟੇਜ ਦੇ ਉੱਤੇ ਜਦੋਂ ਖੇਤ ਜਿਹੜਾ ਹੈਗਾ ਮੁੰਜਰਾ ਨਿਕਲਿਆ ਹੁਣ ਆਪਾਂ ਸਪਰੇ ਨਹੀਂ ਕਰਨੀ ਹੁੰਦੀ ਪਹਿਲਾਂ ਆਪਾਂ ਜਿਹੜੀ ਸਟੇਜ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ ਕਿ ਜਦੋਂ ਝੋਨੇ ਦੀ ਫਸਲ ਹੈ ਫਟਾਰੇ ਤੋਂ ਬਾਅਦ ਜਦੋਂ ਜਿਹੜਾ ਹੈਗਾ ਪੱਕਣ ਵੱਲ ਨੂੰ ਵੱਧਦੀ ਹੈ ਰੀਪਰੋਡਕਟਿਵ ਸਟੇਜ ਵੱਲ ਨੂੰ ਵੱਧਦੀ ਆ ਤਾਂ ਉਹਦੇ ਤਣੇ ਦੇ ਵਿੱਚ ਮੋਢ ਦੇ ਵਿੱਚ ਜਿਹੜੀ ਹੈਗੀ ਆ ਮੁੰਜਰ ਬਣਨੀ ਸ਼ੁਰੂ ਹੁੰਦੀ ਹੈ ਮੁੰਜਰ ਬਣਨ ਸਮੇ ਜਿਹੜੀ ਹੈਗੀ ਆ ਗੰਢ ਪੈਂਦੀ ਤਣੇ ਨੂੰ ਉਹਦੇ ਜਿਹੜਾ ਜਿੱਥੇ ਗੰਢ ਪੈਂਦੀ ਹੈ ਉੱਥੇ ਗੋਲ ਜਿਹੜੀ ਹੈਗੀ ਆ ਹਰੇ ਰੰਗ ਦੀ ਜਿਹੜੀ ਗੋਲ ਧਾਰੀ ਬਣ ਜਾਂਦੀ ਤੁਸੀਂ ਇਹ ਧਿਆਨ ਨਾ ਦੇਖੋ ਤਾਂ ਜਦੋਂ ਮੁੰਜਰ ਬਣਨੀ ਸ਼ੁਰੂ ਹੁੰਦੀ ਹੈ ਫਿਰ ਉਹ ਮੁੰਜਰ ਜਿਹੜੀ ਹੈਗੀ ਸਾਈਜ਼ ਦੇ ਵਿੱਚ ਜਦੋਂ ਵੱਧਦੀ ਹੈ ਤਾਂ ਤਣਾ ਜਿਹੜਾ ਹੈਗਾ ਫੁੱਲ ਜਾਂਦਾ ਝੋਨੇ ਦੀ ਫਸਲ ਵਿੱਚ ਤਣਾ ਜਿਹੜਾ ਹੈਗਾ ਫੁੱਲ ਜਾਂਦਾ ਤਾਂ ਉਹਨੂੰ ਆਪਾਂ ਜਿਹੜਾ ਹੈਗਾ ਗੋ ਭਰਨਾ ਕਹਿ ਦਿੰਨੇ ਆ ਬੂਟਿੰਗ ਸਟੇਜ ਕਹਿ ਦਿੰਨੇ ਆ ਜਦੋਂ ਵਿੱਚ ਜਿਹੜਾ ਉਹਦੇ ਮੁੰਜਰ ਜਿਹੜੀ ਉਹ ਸਾਈਜ਼ ਦੇ ਵਿੱਚ ਵੱਧਦੀ ਹੈ ਉਸ ਸਟੇਜ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਗੋ ਭਰਨ ਸਮੇਂ ਜਿਹੜੀ ਹੈਗੀ ਆਪਾਂ ਸਪਰੇਅ ਕਰਨੀ ਆ ਉਲੀ ਰੋਗਾਂ ਤੋਂ NPK ਬੋਰੋਨ ਤਾਂ ਕਿ ਆਪਣੀ ਫਸਲ ਦੇ ਵਿੱਚ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਉਲੀ ਰੋਗ ਨਾ ਆਵੇ ਬਾ ਦਾਣਿਆਂ ਦੇ ਉੱਤੇ ਦਾਗ ਧੱਬੇ ਨਾ ਪੈਣ ਤੇ ਉਦੋਂ ਬਾਅਦ ਜਿਹੜਾ ਹੈਗਾ ਨਾਲੇ ਆਪਣਾ ਜਿਹੜਾ ਹੈਗਾ ਪਰਪਰਾਗਣ ਸਹੀ ਟੰਗ ਨਾ ਹੋਵੇ ਤੇ ਦਾਣਾ ਪੂਰਾ ਭਰੇ ਤੇ ਝਾੜ ਚੰਗਾ ਹੋਵੇ ਕੁਆਲਿਟੀ ਜਿਹੜੀ ਹੈਗੀ ਫਸਲ ਦੀ ਜਿਹੜੀ ਗੁਣਵੱਤਾ ਵਧੀਆ ਹੋਵੇ ਚੰਗੀ ਹੋਵੇ ਸੋ ਜਦੋਂ ਉਦੋਂ ਬਾਅਦ ਜਿਹੜੀਆਂ ਮੁੰਜਰਾ ਜਿਹੜੀਆਂ ਬੂਟੇ ਦੇ ਵਿੱਚੋਂ ਸਿਰ ਬਾਹਰ ਕੱਢਣ ਲੱਗਦੀਆਂ ਨੇ ਉਹਨੂੰ ਆਪਾਂ ਕਹਿ ਦਿੰਦੇ ਆ ਪੈਨਿਕਲ ਐਕਸਟ੍ਰੂਸ਼ਨ ਜਾਂ ਪੈਨਿਕ ਜਿਹੜਿਆ ਹੋਇਆ ਮੁੰਜਰਾ ਨਿਕਲਣ ਲਿਆ ਸ਼ੁਰੂ ਹੋ ਗਿਆ ਜਦੋਂ ਮੁੰਜਰ ਖੇਤ ਦੇ ਵਿੱਚ ਦਿਸਦੀ ਹੈ ਪਹਿਲੀ ਮੁੰਜਰ ਤਾਂ ਉਦੋਂ ਤੀਜੇ ਚੌਥੇ ਦਿਨ ਫਲਾਵਰਿੰਗ ਸ਼ੁਰੂ ਹੋ ਜਾਂਦੀ ਮਤਲਬ ਕਿ ਜਦੋਂ ਮੁੰਜਰ ਨੇ ਸਿਰ ਕੱਢਿਆ ਤਾਂ ਉਦੋਂ ਤੀਜੇ ਚੌਥੇ ਦਿਨ ਮਤਲਬ ਦੋ ਤਿੰਨ ਦਿਨ ਜਿਹੜੀਆਂ ਹੈਗੀਆਂ ਜਦੋਂ ਪਹਿਲੀ ਮੁੰਜਰ ਆਪਾਂ ਨੂੰ ਦਿਸਦੀ ਆ ਖੇਤ ਚ ਤਾਂ ਤਿੰਨ ਕੁ ਦਿਨ ਲੱਗ ਜਾਂਦੀਆਂ ਜਿਹੜਾ ਮੁੰਜਰਾਂ ਖੇਤ ਦੇ ਵਿੱਚ ਦਿਸਣ ਲੱਗਦੀਆਂ ਜਦੋਂ ਪੂਰੀ ਮੁੰਜਰ ਬਾਹਰ ਆ ਗਈ ਤਾਂ ਉਦੋਂ ਅਗਲੇ ਦਿਨ ਜਿਹੜੀ ਹੈਗੀ ਫਲਾਵਰਿੰਗ ਸ਼ੁਰੂ ਹੋ ਜਾਣੀ ਆ ਬੂਰ ਪੈਣਾ ਸ਼ੁਰੂ ਹੋ ਜਾਣਾ ਬੂਰ ਜਦੋਂ ਪੈਂਦਾ ਹੈ ਫਲਾਵਰਿੰਗ ਹੁੰਦੀ ਆ ਉਦੋਂ ਜਿਹੜਾ ਹੈਗਾ ਮੇਲ ਤੋਂ ਫੀਮੇਲ ਪਾਰਟ ਨੂੰ ਜਿਹੜੇ ਹੈਗੇ ਆ ਪ੍ਰਾਗਣ ਕਣ ਜਿਹੜੇ ਹੈਗੇ ਆ ਸਟੈਮਨ ਤੋਂ ਸਟਿਗਮਾ ਜਿਹੜਾ ਸਟੈਮਨ ਦੇ ਵਿੱਚ ਐਂਥਰ ਤੇ ਸਟਿਗਮਾ ਚ ਓਵਰੀ ਐਂਥਰ ਤੋਂ ਜਿਹੜੇ ਓਵਰੀ ਤੇ ਜਿਹੜੇ ਹੈਗੇ ਪੋਲਨ ਸ਼ੈੱਡ ਹ ਜਿਹੜਾ ਮੇਲ ਤੋਂ ਫੀਮੇਲ ਪਾਰਟ ਤੇ ਉਦੋਂ ਬਾਅਦ ਜਿਹੜੀ ਪੋਲੀਨੇਸ਼ਨ ਹੁੰਦੀ ਹੈ ਤਾਂ ਫਿਰ ਜਿਹੜਾ ਹੈਗਾ ਦਾਣਾ ਭਰਨਾ ਸ਼ੁਰੂ ਹੁੰਦਾ ਹੈ ਇਸ ਦੌਰਾਨ ਆਪਾਂ ਖੇਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਪਰੇ ਨਹੀਂ ਕਰਨੀ ਫਲਾਵਰਿੰਗ ਦਾ ਜਿਹੜਾ ਪੂਰਾ ਜਿਹੜਾ ਪੂਰਾ ਸਮਾਂ ਜੇ ਤੁਸੀਂ ਦੇਖਣਾ ਹੋਵੇ ਤਾਂ ਜਦੋਂ ਮੁੰਜਰ ਪੂਰੀ ਬਾਹਰ ਆ ਗਈ ਉਦੋਂ ਦੂਜੇ ਇੱਕ ਦਿਨ ਦੇਖੋ ਜਾ ਕੇ ਖੇਤ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਤੇ 11 ਵਜੇ ਤੱਕ ਜਿਹੜਾ ਬੂਰ ਮੁੰਜਰਾਂ ਤੇ ਆਉਣ ਦਾ ਪੂਰਾ ਜ਼ੋਰ ਦਾ ਸਮਾਂ ਹੁੰਦਾ ਹੈ ਦੇ 9 ਤੋਂ 10 ਦੇ ਦੌਰਾਨ ਤਾਂ ਤੁਸੀਂ ਪੂਰਾ ਜਿਹੜਾ ਹੈਗਾ ਪੌਲਨ ਉਹ ਪੌਲਨ ਗ੍ਰੇਨਸ ਆ ਉਹ ਛੱਡਦੇ ਦੇਖ ਸਕਦੇ ਹੋ ਚਾਹੇ ਜਿਹੜੇ ਬਾਹਰ ਨਿਕਲਦੇ ਡਿੱਗਦੇ ਦੇਖ ਸਕਦੇ ਹੋ ਤੇ 8 ਤੋਂ 11 ਜਿਹੜੀ ਸਵੇਰੇ ਫਲਾਵਰਿੰਗ ਟਾਈਮ ਹੁੰਦਾ ਜਿਵੇਂ ਜਿਵੇਂ ਜਿਹੜਾ ਦਿਨ ਚੜਦਾ ਤੇ ਸ਼ਾਮ ਵੱਲ ਨੂੰ ਜਾਂਦਾ ਉਦੋਂ ਜਿਹੜੇ ਫਲਾਵਰ ਆ ਉਹ ਬੰਦ ਹੋ ਜਾਂਦੇ ਸੋ ਆਪਾਂ ਖੇਤ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਪਰੇ ਨਹੀਂ ਕਰਨੀ ਹੁੰਦੀ ਕਰਨੀ ਕਿਉਂ ਨਹੀਂ ਹੁੰਦੀ ਆਧਾਰਨ ਦੇ ਤੌਰ ਤੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਇੰਨੀ ਦਿਨੀ ਜਦੋਂ ਫਲਾਵਰਿੰਗ ਹੁੰਦੀ ਬੂਰ ਪੈਂਦਾ ਜੇ ਤੇਜ਼ ਹਵਾ ਚੱਲ ਜਾਵੇ ਜਾਂ ਤੇਜ਼ ਬਰਸਾਤ ਮੀਂਹ ਪੈ ਜਾਵੇ ਜਾਂ ਤੇਜ਼ ਹਨੇਰੀ ਚੱਲ ਜਾਵੇ ਤਾਂ ਆਪਣੀ ਫਸਲ ਦੇ ਵਾ ਜਿਹੜੀ ਇਹ ਫੋਗ ਪੈ ਜਾਂਦੀ ਹੈ ਮੁੰਜਰਾਂ ਦੇ ਦਾਣਿਆਂ ਦੇ ਉੱਤੇ ਦਾਗ ਪੈ ਜਾਂਦੇ ਆ ਸਪਾਈਕलेट्स ਤੇ ਦਾਗ ਹੀ ਹੋ ਜਾਂਦੇ ਦਾਣੇ ਉਹਦਾ ਕਾਰਨ ਕੀ ਹੁੰਦਾ ਕਿ ਜਦੋਂ ਜਿਹੜੇ ਪਰਪਰਾਗ ਕਣਾਂ ਉਹ ਮੇਲ ਤੋਂ ਫੀਮੇਲ ਨੂੰ ਡਿੱਗਣੇ ਹੁੰਦੇ ਉਦੋਂ ਦੌਰਾਨ ਤੇਜ਼ ਬਰਸਾਤ ਜਾਂ ਤੇਜ਼ ਹਵਾ ਚੱਲ ਜਾਵੇ ਤਾਂ ਪੋਲਨ ਡੈਸੀਕੇਸ਼ਨ ਮਤਲਬ ਕਿ ਪ੍ਰਾਗ ਕਣਾਂ ਉਹ ਸੁੱਕ ਸਕਦੇ ਆ ਮਰ ਸਕਦੇ ਆ ਝੜ ਸਕਦੇ ਆ ਇਹਦੇ ਨਾਲ ਮੇਲ ਤੇ ਫੀਮੇਲ ਦੀ ਜਿਹੜੀ ਹੈਗੀ ਪੋਲੀਨੇਸ਼ਨ ਨਹੀਂ ਹੁੰਦੀ ਮਿਲਦੇ ਨਹੀਂ ਹੈਗੇ ਤਾਂ ਉਹਦੇ ਨਾਲ ਜਿਹੜਾ ਦਾਣਾ ਭਰਨਾ ਨਹੀਂ ਸ਼ੁਰੂ ਹੁੰਦਾ ਫੋਕ ਪੈ ਜਾਂਦੀ ਦਾਣੇ ਦਾਗੀ ਵੀ ਹੋ ਜਾਂਦੇ ਆ ਤੁਸੀਂ ਆਮ ਤੌਰ ਤੇ ਦੇਖੋ ਜਿਹੜੇ ਸਫਾਈਕਲਟ ਦਾਗ ਹੀ ਹੁੰਦੇ ਆ ਮੀਨਰੀ ਤੋਂ ਬਾਅਦ ਉਹ ਖਾਲੀ ਹੁੰਦੇ ਆ ਸੋ ਜੇ ਉਹਦੇ ਨਾਲ ਕੀ ਹੈ ਕਿ ਕੁਦਰਤੀ ਵਰਤਾਰਾ ਇਹਨੂੰ ਆਪਾਂ ਬਰਸਾਤ ਨੂੰ ਹਨੇਰੀ ਨੂੰ ਇਹਦੇ ਤੇ ਆਪਣਾ ਕੰਟਰੋਲ ਨਹੀਂ ਹੈਗਾ ਜਦੋਂ ਇਹ ਮੁੰਜਰਾਂ ਇੱਕ ਦੂਜੇ 'ਚ ਵਜਦੀਆਂ ਨੇ ਤਣੇ ਇੱਕ ਦੂਜੇ 'ਚ ਵਜਦੇ ਆ ਤਣਿਆਂ ਦੇ ਉੱਤੇ ਵੀ ਤੁਸੀਂ ਕਈ ਵਾਰੀ ਦੇਖਿਆ ਉਹ ਜ਼ਖਮ ਹੋ ਜਾਂਦੇ ਆ ਇੱਕ ਦੂਜੇ 'ਚ ਵੱਜਣ ਨਾਲ ਕਿਉਂਕਿ ਨਾਜ਼ੁਕ ਹੁੰਦਾ ਹੈ ਬੂਟਾ ਜ਼ਖਮ ਹੋਣ ਦੇ ਨਾਲ ਜਿਹੜੇ ਫੰਗਸ ਕੰਪਲੈਕਸ ਹੈ ਜਿਹੜਾ ਖੇਤ ਦੇ ਵਿੱਚ ਪਿਆ ਜਾਂ ਫੰਗਲ ਸਪੋਰਜ਼ ਆਮ ਤੌਰ ਤੇ ਹਵਾ ਦੇ ਵਿੱਚ ਜਾਂ ਖੇਤ ਦੇ ਵਿੱਚ ਹੁੰਦੇ ਆ ਉਹ ਜਿਹੜੇ ਅਟੈਕ ਕਰ ਦਿੰਦੇ ਆ ਜ਼ਖਮਾਂ ਰਾਈ ਬੂਟੇ 'ਚ ਐਂਟਰ ਕਰ ਦਿੰਦੇ ਆ ਉਹਦੇ ਨਾਲ ਉਲੀ ਰੋਗ ਹੋ ਜਾਂਦੇ ਆ ਮੁੰਜਰਾਂ ਦੇ ਜਿਹੜੇ ਹੈਗੇ ਦਾਣੇ ਕਈ ਕਿਸਮ ਦੇ ਜਿਹੜੀਆਂ ਉਲੀ ਰੋਗ ਆ ਉਹ ਉਹ ਅਟੈਕ ਕਰਦੇ ਆ ਜੇ ਆਪਾਂ ਖੇਤ 'ਚ ਉਸ ਦੌਰਾਨ ਸਪਰੇਅ ਕਰਾਂਗੇ ਸਪਰੇਅ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਹੈਗਾ ਮੁੰਜਰਾਂ ਦੇ ਉੱਤੇ ਆਪਾਂ ਖੋਦੀ ਦਾਗ ਪਾ ਲੈਨੇ ਕਈ ਕਿਸਾਨ ਵੀ ਰਣ ਜਿਹੜਾ ਕੋਈ ਫਾਰਮੂਲਾ ਆਪਦਾ ਹੀ ਬਣਾਇਆ ਕਿ ਜਦੋਂ 50% ਨਸਾਰਾ ਹੋ ਗਿਆ ਤੇ ਆਪਾਂ ਸਪਰੇਅ ਕਰਦੇ ਆ ਉਸ ਟਾਈਮ ਦੇ ਉੱਤੇ ਫਲਾਵਰਿੰਗ ਸ਼ੁਰੂ ਹੋ ਚੁੱਕੀ ਹੁੰਦੀ ਹੈ ਜਿਹੜੀਆਂ ਮੁੰਜਰਾਂ ਪੂਰੀਆਂ ਬਾਹਰ ਆਈਆਂ ਤੇ ਉਦੋਂ ਆਪਾਂ ਜਿਹੜਾ ਫੈਰੀ ਦੀ ਭਜਾਈ ਨੁਕਸਾਨ ਕਰਦੇ ਆ ਸਪਰੇਅ ਕਰਨ ਦਾ ਬਿਲਕੁਲ ਸਹੀ ਸਮਾਂ ਉਦੋਂ ਜਦੋਂ ਮੁੱਖ ਜਿਹੜੀਆਂ ਪਾਈਪਾਂ ਥੱਲਿਓਂ ਤਣਾ ਪੂਰਾ ਫੁੱਲਿਆ ਹੋਇਆ ਮੁੰਜਰ ਬਾਹਰ ਨਹੀਂ ਆਈ ਜਾਂ ਕੋਈ ਇੱਕ ਅੱਧੀ ਮੁੰਜਰ ਨੇ ਬੜਾ ਮੁੱਟਾ ਜਿਹੜਾ ਹੈਗਾ ਬਾਹਰ ਆਪਾਂ ਨੂੰ ਨਜ਼ਰ ਆਉਂਦੀ ਆ ਉਹ ਸਹੀ ਸਮਾਂ ਜਦੋਂ ਮੁੰਜਰਾਂ ਖੇਚ ਦੇਣ ਲੱਗ ਪਈਆਂ ਸ਼ੁਰੂਆਤ ਦੇ ਵਿੱਚ ਉਦੋਂ ਆਪਾਂ ਸਪਰੇਅ ਨਹੀਂ ਕਰਨੀ ਆਪਾਂ ਜਿਹੜਾ ਹੈਗਾ ਫੈਲੀ ਦੀ ਬਜਾਏ ਉਲਟਾ ਪਰ ਨੁਕਸਾਨ ਕਰਾਂਗੇ ਫਲਾਵਰਿੰਗ ਹੈ ਜਿਹੜੀ ਇਹ ਬੂਰ ਪੈਣ ਦਾ ਸਮਾਂ ਹੈ ਜਦੋਂ ਮੁੰਜਰ ਪੂਰੀਆਂ ਬਾਹਰ ਆ ਗਈਆਂ ਉਦੋਂ ਅਗਲੇ ਦਿਨ ਬੂਰ ਪੈਣਾ ਸ਼ੁਰੂ ਹੋ ਜਾਂਦਾ ਮਤਲਬ ਮਤਲਬ ਪਹਿਲੀ ਮੁੰਜਰ ਦੇਣ ਤੋਂ ਤੀਜੇ ਚੌਥੇ ਦਿਨ ਖੇਤ ਦੇ ਵਿੱਚ ਬੂਰ ਪੈਣਾ ਸ਼ੁਰੂ ਹੋ ਇਹ 7 ਦਿਨ ਤੱਕ ਜਿਹੜਾ ਬੂਰਾ ਹੈ 7 ਦਿਨ ਫਲਾਵਰਿੰਗ ਚੱਲਦੀ ਹੈ 7 ਦਿਨਾਂ ਬਾਅਦ 4-5 ਦਿਨ ਦੇ ਬਾਅਦ ਜਿਹੜਾ ਹੈਗਾ ਮਿਲਕ ਸਟੇਜ ਆ ਜਾਂਦੀ ਹੈ ਜਿਹਦੇ ਵਿੱਚ ਪਾਣੀ ਜਿਹੜਾ ਹੈਗਾ ਜਿਹੜਾ ਇਹਦੇ ਵਿੱਚ ਸਪਾਈਕਲੈਟਸ ਦੇ ਵਿੱਚ ਦਾਣਿਆਂ ਦੇ ਵਿੱਚ ਜਿਹੜਾ ਹੈਗਾ ਦੁੱਧਾ ਜਿਹਨੂੰ ਆਪਾਂ ਕਹਿੰਦੇ ਨੇ ਚਿੱਟੇ ਰੰਗ ਦਾ ਜਿਹੜਾ ਹੈ ਪਾਣੀ ਉਹ ਭਰਨਾ ਸ਼ੁਰੂ ਹੋ ਜਾਂਦਾ ਹੈ 4-5 ਦਿਨ ਬਾਅਦ ਜਦੋਂ ਫਲਾਵਰਿੰਗ ਕੰਪਲੀਟ ਹੁੰਦੀ ਹੈ ਉਸ ਤੋਂ ਤੁਸੀਂ ਜਿਹੜਾ ਨੱਪ ਕੇ ਦੇਖੋਗੇ ਤਾਂ ਉਹਦੇ ਵਿੱਚ ਜਿਹੜਾ ਪਾਣੀ ਬਾਹਰ ਆਊਗਾ ਜਿਹੜਾ ਦਾਣੇ ਨੂੰ ਨੱਪ ਕੇ ਦੇਖੋਗੇ ਤੇ ਉਸ ਤੋਂ ਹਫ਼ਤੇ ਬਾਅਦ ਜਿਹੜਾ ਹੈਗਾ ਉਹ ਪਾਣੀ ਆ ਉਹ ਜਿਹੜਾ ਹੈਗਾ ਉਹ ਸਖਤ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਆਪ ਫਿਜ਼ੀਓਲੋਜੀਕਲ ਮਚਿਓਰਿਟੀ ਕਹਿੰਦੇ ਨੇ 30% ਜਿਹੜਾ ਹੈਗਾ ਉਸ ਸਟੇਜ ਜਦੋਂ ਹਫ਼ਤੇ ਬਾਅਦ ਆਪਾਂ ਦੇਖਦੇ ਆਂ ਥੋੜਾ ਸਖਤ ਹੋ ਜਾਂਦਾ ਆਟੇ ਵਾਂਗੂ ਦਾਣਾ ਜਿਹੜਾ ਸਖਤ ਹੋ ਜਾਂਦਾ ਇਹਨੂੰ ਆਪਕੇ ਦੇਖਦੇ ਆਂ ਆਟੇ ਵਾਂਗੂ ਲੱਗਦਾ ਹੁੰਦਾ ਆਪਾਂ ਨੂੰ ਕਈ ਵਾਰੀ ਆਪਾਂ ਦਾਣਾ ਤੋੜ ਕੇ ਦੇਖਦੇ ਆਂ ਉਦੋਂ ਬਾਅਦ ਜਿਹੜੀ ਉਹਨੂੰ ਆਪਾਂ ਫੀਲਰ ਫਿਜ਼ੀਓਲੋਜੀਕਲ ਮਚਿਓਰਿਟੀ ਕਹਿੰਦੇ ਉਹ ਚਿਤ ਦਾਣੇ ਦੇ ਵਿੱਚ ਮੌਇਸਚਰ ਜਿਹੜਾ ਹੈਗਾ 30% થી 32% ਹੁੰਦਾ ਉਦੋਂ 2 2.5 ਹਫ਼ਤੇ ਉਹ ਲੈਂਦਾ ਮੌਸਮ ਦੇ ਅਨਸਾਰ ਤੇ ਟੈਂਪਰੇਚਰ ਦੇ ਅਨਸਾਰ 2 ਤੋਂ 3 ਹਫ਼ਤੇ ਵੀ ਲੈ ਸਕਦਾ ਦਾਣਾ ਪੱਕਣ ਨੂੰ ਉਦੋਂ ਬਾਅਦ ਸੋ ਇਹ ਹੈਗਾ ਇਹ ਆਪਾਂ ਗੱਲ ਦਾ ਜਿਹੜਾ ਮੇਨ ਖਿਆਲ ਰੱਖਣਾ ਜਿਹੜੀ ਪਾਣੀ ਆਪਾਂ ਕਿਵੇਂ ਲਾਉਣਾ ਕੋਈ ਕਿਸਾਨ ਵੀ ਦਾ ਸਵਾਲ ਆ ਕਿ ਪਾਣੀ ਆਪਾਂ ਪਾਣੀ ਕਿਸਾਨ ਵੀਰੋ ਜਦੋਂ ਫਸਲ ਗੋਭ ਤੇ ਆ ਉਦੋਂ ਆਪਾਂ ਭਰ ਕੇ ਰੱਖਣਾ ਇਦੋਂ ਬਾਅਦ ਆਪਾਂ ਜਿਹੜਾ ਪਾਣੀ ਦੀ ਪੂਰੀ ਜਿਹੜੀ ਹੈਗੀ ਹੈ ਮੈਨੇਜਮੈਂਟ ਕਿਵੇਂ ਕਰਨੀ ਵਾਟਰ ਮੈਨੇਜਮੈਂਟ ਉਹ ਮੈਂ ਅਗਲੀ ਵੀਡੀਓ ਚ ਤੁਹਾਡੇ ਨਾਲ ਜਾਣਕਾਰੀ ਜੀ ਡਿਟੇਲ ਚ 4-5 ਮਿੰਟ ਚ ਸ਼ੇਅਰ ਕਰੂੰਗਾ ਹਜੇ ਉਹ ਸਟੇਜ ਨਹੀਂ ਹਜੇ ਆਪਾਂ ਖੇਤ ਦੇ ਵਿੱਚ ਪਾਣੀ ਭਰ ਕੇ ਹੀ ਰੱਖਣਾ ਜਦੋਂ ਫਸਲ ਗੋਭ ਚਾਰੀ ਹੈ ਇਦੋਂ ਬਾਅਦ ਕਦੋਂ ਪਾਣੀ ਘਟਾਉਣਾ ਤਾਂ ਕਿ ਜਿਹੜਾ ਹੈਗਾ ਇੱਕ ਸਾਰ ਝੋਨਾ ਪੱਕੇ ਕਿਉਂਕਿ ਮਗਰੋਂ ਆ ਕੇ ਵੀ ਕਈ ਕਿਸਾਨ ਵੀਰ ਪਾਣੀ ਭਰ ਕੇ ਰੱਖ ਜਾ ਘੱਟ ਲਾਉਣਾ ਉਹਦੇ ਬਾਰੇ ਮੈਂ ਬਾਅਦ ਚ ਜਿਹੜੀ ਹੈਗੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਮੇਨ ਹੁਣ ਆਪਣਾ ਮੇਨ ਮਕਸਦ ਇਹੀ ਆ ਕਿ ਆਪਾਂ ਜਿਹੜਾ ਹੈਗਾ ਬੂਰ ਪੈਣ ਸਮੇ ਕਿਸੇ ਕਿਸਮ ਦੀ ਕੋਈ ਸਪਰੇ ਨਹੀਂ ਕਰਨੀ ਕਿਸਾਨ ਵੀਰੋ ਹੁਣ ਫਸਲ ਗੋਭ ਚ ਹੈ ਤਾਂ ਹੁਣ ਆਪਾਂ ਜਿਹੜਾ ਉਲੀਨਾਸ਼ਕ ਵਿੱਚ ਐਨਪੀਕੇ 13045 ਤੇ ਨਾਲ ਬੋਰੋਨ एनपीके ਜਿਹੜੀ 13045 ਆ 1 ਤੋਂ 1.5% ਮਤਲਬ ਕਿ 100 ਤੋਂ 1.5 ਲੀਟਰ ਪਾਣੀ ਚ ਕਿਲੋ ਤੋਂ 1.5 ਕਿਲੋ ਤੱਕ 1.5 ਕਿਲੋ ਤੱਕ ਤੇ ਜੇ 200 ਲੀਟਰ ਪਾਣੀ ਆ ਤਾਂ 2.5-3 ਕਿਲੋ ਤੱਕ ਵੀ ਤੁਸੀਂ ਪਾ ਸਕਦੇ ਹੋ ਬੋਰਨ 80 ਤੋਂ 100 ਗ੍ਰਾਮ ਪ੍ਰਤੀ ਏਕੜ ਉల్లి ਨਾਸ਼ਕ ਤੁਸੀਂ ਵਧੀਆ ਜਿਹੜਾ ਹੈਗਾ ਕੋਈ ਵੀ ਅ ਟੈਕਨੀਕਲ ਚੰਗਾ ਉਹ ਤੁਸੀਂ ਸਪਰੇਅ ਕਰਨਾ ਆਮ ਤੌਰ ਤੇ ਕੀ ਦੇਖਣ ਦੇ ਵਿੱਚ ਆਇਆ ਕਿਸਾਨ ਵੀਰ ਗੋਭ ਦੇ ਵਿੱਚ ਸਪਰੇਅ ਨਹੀਂ ਕਰਦੇ ਮਗਰੋਂ ਆ ਕੇ ਜਿਹੜਾ ਹੈਗਾ ਕਿਉਂਕਿ ਸਮੱਸਿਆ ਤੁਸੀਂ ਦੇਖਣੀ ਖੇਤ ਦੇ ਉੱਲੀ ਰੋਗ ਵਾਲੀ ਸਪਰੇਅ ਤਾਂ ਆਪਾਂ ਕਰਨੀ ਕਰਨੀ ਹੈ ਗੋਭ 'ਚ ਜੇ ਸੁੰਡੀ ਦਾ ਅਟੈਕ ਹੈਗਾ ਤਾਂ ਸੁੰਡੀ ਵਾਲੀ ਕਰ ਸਕਦੇ ਆ ਨਹੀਂ ਜ਼ਰੂਰਤ ਨਹੀਂ ਹੈਗੀ ਤੇ ਤੇਲੇ ਦਾ ਅਟੈਕ ਹੈ ਜੀ ਬਿਲਕੁਲ ਵੀ ਹੈ ਨਹੀਂ ਮੈਂ ਹਰੇਕ ਵੀਡੀਓ ਜ਼ਿਕਰ ਕਰਦਾ ਪਰ ਫਿਰ ਵੀ ਕਿਸਾਨ ਵੀਰ ਜਿਹੜੇ ਬ੍ਰਾਊਨ ਪਲਾਂਟ ਹੌਪਰ ਦੀ ਜਿਹੜੀ ਦਵਾਈ ਕੀਟਨਾਸ਼ਕਾ ਉਹ ਵਿੱਚ ਮਿਕਸ ਕਰਕੇ ਪਾ ਰਹੇ ਇਹ ਵੈਸੇ ਵੀ ਆਪਾਂ ਮਿਕਸ ਨਹੀਂ ਕਰਨੀ ਵੱਖਰੀ ਸਪਰੇਅ ਕਰਨੀ ਹੈ ਤੇ ਹਾਲੇ ਅਟੈਕ ਵੀ ਹੈ ਨਹੀਂ ਅਟੈਕ ਉਦੋਂ ਸ਼ੁਰੂ ਹੋਊਗਾ ਜਦੋਂ ਮੁੰਜਰਾਂ ਦੇ ਉੱਤੋਂ ਪੂਰ ਚੜ ਗਿਆ ਜਿਹੜੀਆਂ ਮੁੰਜਰਾਂ ਮੁੜ ਗਈਆਂ ਮਤਲਬ ਉਦੋਂ ਸਟੇਜ ਤੇ ਟਾਈਮ ਉਹੋ ਜਿਹਾ ਹੁੰਦਾ ਮੌਸਮ ਉਹੋ ਜਿਹਾ ਹੋ ਜਾਂਦਾ ਕਿ ਉਦੋਂ ਸੁੰਡੀ ਵਗੈਰਾ ਦਾ ਜਾਂ ਆਮ ਤੌਰ ਤੇ ਜ਼ਿਆਦਾ ਅਟੈਕ ਘਟ ਜਾਂਦਾ ਤੇ ਇਹਦਾ ਅਟੈਕ ਜਿਹੜਾ ਹੈਗਾ ਵੱਧ ਜਾਂਦਾ ਤੋ ਉਦੋਂ ਆਪਾਂ ਜਿਹੜੀ ਹੈਗੀ ਆਪਾਂ ਨੂੰ ਜਿਹੜੀ ਬ੍ਰਾਊਨ ਪਲਾਂਟ ਹੋਪਰ ਦੀ ਸਪਰੇਅ ਕਰਨ ਦੀ ਜ਼ਰੂਰਤ ਪਊਗੀ ਹਜੇ ਫਿਲਹਾਲ ਆਪਾਂ ਬਿਨਾ ਮਤਲਬ ਤੋਂ ਸਪ੍ਰੈਅ ਨਾ ਕਰੀਏ ਹਰੇ ਟਿੱਡੇ ਬਾਰੇ ਵੀ ਮੈਂ ਕਿਹਾ ਸੀ ਹਰੇ ਟਿੱਡੇ ਬਾਰੇ ਗਰਦਾਸਪੁਰ ਏਰੀਆ ਦੇ ਵਿੱਚ ਕਾਫੀ ਜਿਹੜੀ ਹੈਗੀ ਜ਼ਿਆਦਾ ਸਮੱਸਿਆ ਦੇਖਣ ਨੂੰ ਆ ਰਹੀ ਹੈ ਕਿਸਾਨ ਵੀਰੋ ਇਹ ਜਿਹੜਾ ਹੈਗਾ ਮੁੰਜਰਾ ਟੱਕਣ ਦੀ ਜਿਹੜੀ ਹੈਗੀ ਸਮੱਸਿਆ ਉਹਦੇ ਵਿੱਚ ਤੁਹਾਨੂੰ ਆਰਮੀ ਵਰਮ ਜਾਂ ਹੋਰ ਜਿਹੜੀ ਸੁੰਡੀ ਘੱਟ ਸਕਦੀ ਹੈ ਟਿੱਡਾ ਜਿਹੜਾ ਪੱਤੇ ਖਾਂਦਾ ਜਾਂ ਮੁੰਜਰ ਕਈ ਵਾਰ ਜੇ ਜ਼ਿਆਦਾ ਗਿਣਤੀ ਹੋਵੇ ਤਾਂ ਦਾਗ ਹੀ ਕਰ ਸਕਦਾ ਉਹਦੇ ਉੱਤੇ ਜਿਹੜਾ ਸਟਿੰਗ ਕਰਕੇ ਤੇ ਇਸ ਤੋਂ ਵੱਧ ਇਹ ਅਟੈਕ ਨਹੀਂ ਕਰਦਾ ਫਿਰ ਵੀ ਜੇ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਹੈਗਾ ਤਾਂ ਤੁਸੀਂ ਕੋਈ ਜਿਹੜੀ ਵੀ ਕੀਟਨਾਸ਼ਕ ਸਪਰੇਅ ਤੁਸੀਂ ਕਰਨੀ ਹੈ ਸੁੰਡੀ ਵਾਲੀ ਤੁਸੀਂ ਕਰੋਗੇ ਤਾਂ ਫਿਰ ਵੀ ਆਪਾਂ ਨੂੰ ਥੋੜਾ ਬਹੁਤ ਉਹਦਾ ਕੰਟਰੋਲ ਮਿਲ ਜੂ ਪਰ ਵੈਸੇ ਸੰਥੈਟਿਕ ਪ੍ਰੈਥਰਾਇਡ ਤੁਸੀਂ ਬਿਲਕੁਲ ਨਾ ਵਰਤੇ ਉਹਦੇ ਨਾਲ ਆਪਣਾ ਜਿਹੜਾ ਨੁਕਸਾਨ ਹੋਊਗਾ ਇਹ ਤੁਹਾਨੂੰ ਮੈਂ ਵਾਰ-ਵਾਰ ਗੁਜ਼ਾਰਿਸ਼ ਕਰ ਰਿਹਾ ਸੋ ਮੇਨ ਮੇਰਾ ਮਕਸਦ ਇਹ ਹੈ ਗੋਭ 'ਚ ਸਪਰੇਅ ਕਰੋ ਇਸ ਤੋਂ ਬਾਅਦ ਫਲਾਵਰਿੰਗ ਟਾਈਮ ਆਪਾਂ 12 ਤੋਂ 15 ਦਿਨ ਖੇਤ ਦੇ ਵਿੱਚ ਨਹੀਂ ਵੜਨਾ ਕੋਈ ਸਪਰੇਅ ਨਹੀਂ ਕਰਨੀ ਤਾਂ ਕਿ ਆਪਣੇ ਫਸਲ ਦਾ ਨੁਕਸਾਨ ਨਾ ਹੋਵੇ ਪੂਰਾ ਦਾਣਾ ਭਰੇ ਕਵਾਲਿਟੀ ਵਧੀਆ ਮਿਲੇ ਪੋਲੀਨੇਸ਼ਨ ਪ੍ਰੋਪਰ ਹੋਵੇ ਤੇ ਆਪਣਾ ਝਾੜ ਆਹੋ ਚੰਗਾ ਰਹੇ ਆਪਣੀ ਮਿਹਨਤ ਇੰਨੇ ਦਿਨਾਂ ਦੀ ਜਿਹੜੀ ਹੈਗੀ ਇੰਨੇ ਮਹੀਨਿਆਂ ਦੀ ਮਿਹਨਤ ਆ ਫਸਲ ਤੇ ਉਹ ਆਪਾਂ ਜਿਹੜੀ ਹੈਗੀ ਖਰਾਬ ਨਾ ਕਰ ਲਈਏ ਇਤੋਂ ਬਾਅਦ ਜਦੋਂ ਮਿਲਕਿੰਗ ਸਟੇਜ ਹੋਊਗੀ ਉਦੋਂ ਬਾਅਦ ਆਪਾਂ ਇਹਨਾਂ ਪੀ ਕੇ ਜਾਂ ਕਿਹੜੀ ਸਪਰੇਅ ਕਰਨੀ ਉਹ ਆਪਾਂ ਤੁਹਾਨੂੰ ਜਾਣਕਾਰੀ ਪਾ